ਬੋਗਸ ਫੈਕਟਸ ਦੇ ਨਾਲ ਇੱਕ ਝੂਠਾ ਕੇਸ ਇਹਨਾਂ ਦੇ ਪਾਇਆ ਗਿਆ, ਸਿਰਫ ਇਸ ਕਰਕੇ ਕਿ ਭਾਈ ਅੰਮ੍ਰਿਤਪਾਲ ਸਿੰਘ ਇਹਨਾਂ ਦੇ ਬ੍ਰਦਰ ਨੇ ਅਤੇ ਇਹਨਾਂ ਨੂੰ ਮਤਲਬ ਡਿਫੇਮ ਕਰਨਾ ਚਾਹੁੰਦੇ ਪੂਰੀ ਫੈਮਿਲੀ ਨੂੰ। ਰਿਮਾਂਡ ਕਿੰਨਾ ਮਿਲਿਆ ਸਰ? ਰਿਮਾਂਡ ਦਾ ਆਰਡਰ ਅਜੇ ਆਰਡਰ ਰਿਜ਼ਰਵ ਰੱਖਿਆ ਕੋਰਟ ਨੇ ਰੱਖਿਆ ਹੋਇਆ ਜੀ, ਆਰਗੂਮੈਂਟ ਹੋ ਗਿਆ ਹੈ, ਆਰਗੂਮੈਂਟਸ ਹੋ ਗਏ ਨੇ, ਆਰਡਰ ਰਿਜ਼ਰਵ ਆ, ਆਰਡਰ ਥੋੜੀ ਦੇਰ ਤੱਕ ਪਤਾ ਲੱਗ ਜਾਏ। ਸਰ ਕੋਈ ਬੇਲ ਦਾ ਵੀ, ਬੇਲ ਵਗੈਰਾ ਵੀ ਲਗਾਏਗੀ ਫੈਮਿਲੀ ਵੱਲੋਂ ਕੋਈ? ਜੀ ਸਰ, ਬੇਲ ਦੀ ਫਾਈਲ, ਬੇਲ ਹਰਪ੍ਰੀਤ ਦੀ ਬੇਲ ਫਾਈਲ ਹੈ ਜੀ। ਹਾਂਜੀ, ਪੁਲਿਸ ਦਾ ਕਹਿਣਾ ਕਿ ਮੌਕੇ ਤੋਂ ਕਿਹੜੇ ਬਰਾਮਦੀ ਵੀ ਸਮਾਨ ਹੋਇਆ, ਕਿਤਨੇ ਨਸ਼ਾ ਰਾਈਟਰ ਵੀ ਬਰਾਮਦ ਕੀਤਾ ਗਿਆ, ਉਹ ਵੀ ਮੌਕੇ ਤੋਂ ਗ੍ਰਿਫਤਾਰ ਕਿਹੜਾ ਪੁਲਿਸ ਵੱਲੋਂ ਰੇਡ ਕਰਕੇ ਕੀਤਾ ਗਿਆ? ਦੇਖੋ ਜੀ, ਜਿਹੜਾ ਮੌਕੇ ਤੋਂ ਜੀ ਮੇਰੀ ਕੈਮਰੇ ਦੇਖੋ ਯਾਰ, ਜਿਹੜਾ ਮੌਕੇ ਤੋਂ ਇਹਨਾਂ ਕੋਲ ਸਮਾਨ ਬਰਾਮਦ ਹੋਇਆ, ਪਹਿਲਾ ਗੱਲ ਤਾਂ ਮੌਕੇ ਤੋਂ ਇਹਨਾਂ ਨੂੰ ਚੱਕਿਆ ਨਹੀਂ ਜਿੱਥੇ ਦੀ ਅਕਰੈਂਸ ਬਣਾਈ ਇਹਨਾਂ ਨੇ, ਫਲੋਰ ਦੀ ਅਕਰੈਂਸ ਬਣਾਈ, ਫਲੋਰੋਂ ਚੱਕਿਆ ਨਹੀਂ। ਜੋ ਮੇਰੀ ਇਹਨਾਂ ਨੇ ਫੈਮਿਲੀ ਨਾਲ ਗੱਲਬਾਤ ਹੋਈ ਆ, ਜੋ ਦੋਨਾਂ ਮੁਲਜ਼ਮਾਂ ਨਾਲ ਗੱਲਬਾਤ ਹੋਈ ਆ, ਉਹਦੇ ਅਕੋਰਡਿੰਗਲੀ ਇਹਨਾਂ ਨੂੰ ਚੱਕਿਆ ਹੀ ਉੱਧਰਲੀ ਸਾਈਡ ਤੋਂ ਆ। ਇਹਨਾਂ ਨੂੰ ਫੋਲੋ ਕਰਦੀ ਆ ਰਹੀ ਸੀ ਗੱਡੀ ਕੋਈ, ਜੋ ਇਹਨਾਂ ਨੇ ਮੈਨੂੰ ਦੱਸਿਆ ਫੋਲੋ ਕਰਦੀ ਗੱਡੀ ਆ ਰਹੀ ਸੀ, ਅਤੇ ਇਹਨਾਂ ਨੇ ਇਹਨਾਂ ਨੂੰ ਆਪਣਾ ਇਸ ਕੇਸ 'ਚ ਇੰਡਲਜ ਕਰਨ ਲਈ ਸਿਰਫ ਟੋਲ ਪਲਾਜ਼ਾ ਤੋਂ ਪਹਿਲੀ ਸਾਈਡ ਤੋਂ ਗ੍ਰਿਫਤਾਰ ਨਹੀਂ ਜੀ, ਨਹੀਂ ਲਾਡੋਵਾਲ ਟੋਲ ਪਲਾਜ਼ਾ ਕੱਟ ਕੇ ਅੱਗੇ ਫਲੋਰ ਅਤੇ ਕਿਰਾਇਆਂ ਦੇ ਵਿੱਚ, ਜਿੱਥੇ ਕਹਿ ਰਹੇ ਜੀ ਕਿ ਪੱਧਰੇ ਸੜਕ 'ਤੇ ਇਹ ਨਸ਼ਾ ਕਰ ਰਹੇ ਸੀ। ਨਸ਼ਾ ਕਰਨਾ ਜਿਹਨੇ ਪੱਧਰੇ ਸੜਕ 'ਤੇ ਥੋੜ੍ਹੀ ਕਰੂਗਾ, ਇੱਕ ਸਮਝਣ ਵਾਲੀ ਗੱਲ ਆ। ਐਜ਼ ਪਰ ਦੇਖੋ ਰਿਪੋਰਟਸ ਪੋਜ਼ਿਟਿਵ, ਉਹਦਾ ਵੀ ਮੈਂ ਜਵਾਬ ਦਿੰਦਾ। ਉਹਦੇ 'ਚ ਇਹ ਆ, ਜਿਹੜਾ ਹਰਪ੍ਰੀਤ ਸਿੰਘ ਆ, ਇਹ ਜਿਮ ਦਾ ਟਿਕਟਾ ਜਿਮ ਜਾਂਦਾ, ਉਹਦੇ 'ਚ ਥੋੜ੍ਹੇ ਬਹੁਤੇ ਸਟੀਰੋਇਡਸ ਲੈਂਦਾ, ਅਤੇ ਸਟੀਰੋਇਡ ਜਦੋਂ ਬੰਦਾ ਲੈਂਦਾ, ਉਹਦੇ 'ਚ ਡੋਪ ਟੈਸਟ ਦੇ ਵਿੱਚ ਪੋਜ਼ਿਟਿਵ ਆਉਣਾ ਹੀ ਆਉਣਾ। ਕਿਹੜਾ ਕੈਮੀਕਲ ਮਿਲਿਆ ਸਰ ਉਹਦੇ ਵਿੱਚ? ਕੈਮੀਕਲ ਰਿਪੋਰਟ ਨਹੀਂ ਜੀ ਹਜੇ ਆਈ। ਦੂਸਰੀ ਗੱਲ, ਜਿਹੜਾ ਆਪਣਾ ਕੀ ਨਾਮ ਲਵਪ੍ਰੀਤ ਸਿੰਘ ਆ, ਲਵਪ੍ਰੀਤ ਸਿੰਘ ਦਾ ਵੀ ਇਹੀ ਹੈ, ਉਹ ਵੀ ਸਟੀਰੋਇਡਸ ਵਗੈਰਾ ਲੈਂਦਾ, ਦੋਨੋਂ ਹੀ ਸਟੀਰੋਇਡ ਲੈਂਦੇ ਆ, ਉਹਦੇ ਨਾਲ ਡੋਪ ਟੈਸਟ ਪੋਜ਼ਿਟਿਵ ਆ ਹੀ ਜਾਂਦਾ। ਦੇਖੋ ਪਹਿਲਾਂ ਤਾਂ ਮੌਕੇ 'ਤੇ ਜਿਹੜੀ ਇਹ ਕਹਿੰਦੇ ਆ ਕਿ ਆਈਸ ਡਰੱਗ ਹੋਈ ਆ, ਇਹਨਾਂ ਨੇ ਐਫ ਆਈ ਆਰ ਦੇ ਵਿੱਚ ਲਿਖਿਆ ਪਾਊਡਰ, ਇੰਟੋਕਸੀਕੈਂਟ ਪਾਊਡਰ ਜੀ, ਇੰਟੋਕਸੀਕੈਂਟ ਪਾਊਡਰ ਲਿਖਿਆ ਇਹਨਾਂ ਨੇ। ਮੀਨਵਾਈਲ ਐਸ ਐਸ ਪੀ ਸਾਹਿਬ ਕਾਨਫਰੰਸ ਲਾ ਰਹੇ ਆ ਕਿ ਆਈਸ ਡਰੱਗ ਮਿਲਿਆ, ਉਹ ਸਾਲਟ ਦਾ ਰਿਪੋਰਟ ਤਾਂ ਆਈ ਨਹੀਂ, ਇਹਨਾਂ ਨੂੰ ਕਿੱਦਾਂ ਪਤਾ ਜੀ ਆਈਸ ਮਿਲਿਆ? ਉਸ ਤੋਂ ਬਾਅਦ ਇਹਨਾਂ ਨੇ ਜੀ ਰਿਮਾਂਡ ਦੇ ਵਿੱਚ ਵੀ ਆਈਸ ਲਿਖਿਆ, ਐਫ ਆਈ ਆਰ 'ਤੇ ਇਹਨਾਂ ਦਾ ਰਿਮਾਂਡ ਪੇਪਰ, ਦੋਨੋਂ ਕੰਟਰਾਡਿਕਟ ਹੋ ਰਹੇ ਆ। ਪੇਟੀਐਮ ਦੇ ਵਿੱਚ ਕੀ ਕਿਹੜੀ ਆਨਲਾਈਨ ਟ੍ਰਾਂਜੈਕਸ਼ਨਾਂ ਕਿਹੜੀਆਂ ਕੀਤੀਆਂ ਗਈਆਂ? ਪੇਟੀਐਮ ਦੀ ਜਿਹੜੀ ਹੈਗੀ ਟ੍ਰਾਂਜੈਕਸ਼ਨ, ਪੇਟੀਐਮ ਦੀ ਟ੍ਰਾਂਜੈਕਸ਼ਨ ਇਹਨਾਂ ਨੇ ਹਜੇ ਤੱਕ ਅੱਜ ਵੀ ਕੋਰਟ 'ਚ ਪੇਸ਼ ਨਹੀਂ ਕੀਤੀ, ਜਿਹੜੀ ਸਕਰੀਨਸ਼ਾਟ ਇਹਨਾਂ ਨੇ ਲੈਣਾ ਸੀ ਉਹ ਅੱਜ ਵੀ ਪੇਸ਼ ਨਹੀਂ। ਲੁਧਿਆਣੇ ਦਾ ਕਿਹੜਾ ਫੜਿਆ ਗਿਆ ਹੈਗਾ? ਦੇਖੋ ਵੈਸੇ ਤਾਂ ਇਹ ਸਿਰਫ ਇੱਕ ਬੋਗਸ ਕੇਸ ਹੈ, ਇੱਕ ਝੂਠਾ ਕੇਸ ਬਣਾਇਆ ਗਿਆ ਦੋਨਾਂ ਮੁਲਜ਼ਮਾਂ ਦੇ ਖਿਲਾਫ, ਕਿਉਂਕਿ ਅੰਮ੍ਰਿਤਪਾਲ ਜੀ ਦਾ ਨਾਮ ਇਹਨਾਂ ਦੇ ਨਾਲ ਜੁੜਦਾ। ਮੋਰ ਓਵਰ ਇਹਦੇ ਵਿੱਚ ਜਿਹੜਾ ਤੁਸੀਂ ਕਹਿੰਦੇ ਆ ਕਿ ਆਪਣਾ ਸੰਦੀਪ ਅਰੋੜਾ ਫੜਿਆ, ਉਸ ਤੋਂ ਬਾਅਦ ਇਹਨਾਂ ਨੇ ਸਾਡੇ ਬਿਆਨਾਂ 'ਤੇ ਫੜਿਆ ਗਿਆ, ਉਹ ਜੀ ਕੰਜ਼ਮਪਸ਼ਨ 'ਚ ਸਾਨੂੰ ਫੜਿਆ, ਨਾ ਕਿ ਸਾਨੂੰ ਕੀ ਉਹ ਸਪਲਾਈ ਕੀਤੀ ਸੀ ਉਸਨੇ ਉਸ ਦੇਖੋ ਜੀ ਜੇ ਸਪਲਾਈ ਅਸੀਂ ਕਰਦੇ ਹੁੰਦੇ ਜਾਂ ਉਹਨੇ ਸਾਨੂੰ ਕੀਤੀ ਹੁੰਦੀ ਤਾਂ ਸਾਡੇ ਕੋਲੋਂ ਪੈਸੇ ਮਿਲਦੇ ਜਾਂ ਕੁਛ ਹੋਰ ਮਿਲਦਾ। ਇਹਨਾਂ ਨੇ ਸਿਰਫ 4 ਗ੍ਰਾਮ ਪਾ ਕੇ ਸਾਡੇ 'ਤੇ ਸਾਨੂੰ ਸਿਰਫ ਡਿਫੇਮ ਕੀਤਾ, ਹੋਰ ਕੁਛ ਨਹੀਂ ਇਸ ਕੇਸ 'ਚ, ਇਹ ਟੋਟਲੀ ਬੋਗਸ ਕੇਸ ਆ। ਜਦੋਂ ਅੱਗੇ ਟ੍ਰਾਇਲ ਕਰਨਾ ਜਦੋਂ ਟ੍ਰਾਇਲ ਚੱਲਣਾ ਉਹਦੇ ਵਿੱਚ ਸਾਰਾ ਕੁਛ ਕਲੀਅਰ ਹੋ ਜਾਣਾ ਕਿ ਇਟਸ ਅ ਬੋਗਸ ਕੇਸ, ਨਥਿੰਗ ਐਲਸ। ਜੀ ਸਾਹਿਬ, ਆਖਰੀ ਸਵਾਲ ਹੈਗਾ, ਰਿਮਾਂਡ ਕਿੰਨਾ ਮੰਗਿਆ ਹੈਗਾ ਅਤੇ ਜੱਜ ਸਾਹਿਬ ਦੇ ਆਰਡਰ ਕੀ ਹੈ? ਦੇਖੋ ਜੀ, ਰਿਮਾਂਡ ਇਹਨਾਂ ਨੇ ਮੰਗਿਆ ਸੀਗਾ 10 ਦਿਨ ਦਾ, ਜੱਜ ਸਾਹਿਬ ਦੇ ਆਰਡਰ ਜੋ ਹੈਗੇ ਉਹ ਆ ਜਾਣਗੇ ਥੋੜ੍ਹੀ ਦੇਰ। ਤੁਹਾਡੇ ਸਾਹਮਣੇ ਕਿੰਨੇ ਦਿਨ ਦਾ ਕਿਹੜਾ ਰਿਮਾਂਡ ਹੈ, ਕੋਰਟ ਵੱਲੋਂ ਦਿੱਤਾ ਜਾਏਗਾ ਜਾਂ ਨਹੀਂ ਵੀ? ਦੇਖੋ, ਕੋਰਟ ਦਾ ਆਰਡਰ ਆ, ਜੋ ਕੋਰਟ ਕਰੇਗੀ ਉਹ ਮਨਜ਼ੂਰ ਕਰਨਾ ਪਏਗਾ, ਪਰ ਕੋਰਟ ਨੇ ਹਜੇ ਤੱਕ ਕੋਈ ਆਰਡਰ ਨਹੀਂ ਦਿੱਤਾ ਹੈਗਾ ਜੀ। ਜੋ ਆਰਡਰ ਦੇਣਗੇ ਉਹ ਸਾਰਾ ਸਾਹਮਣੇ ਆਈ ਜਾਣਾ। ਠੀਕ।